ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਹੈਲਥ ਸੈਗਮੈਂਟ ਵਿੱਚ ਆਪ ਸਭ ਨੂੰ ਜੈ ਆਇਆਂ ਨੂੰ ਆਖਦੇ ਹਾਂ। ਪਿਛਲੇ ਕੁਝ ਹਫ਼ਤਿਆਂ ਤੋਂ ਤੁਹਾਡੇ ਨਾਲ ਬਹੁਤ ਹੀ ਮਹੱਤਵਪੂਰਨ ਵਿਸ਼ਿਆਂ 'ਤੇ ਸਾਂਝ ਪਾ ਰਹੇ ਹਾਂ ਹਰ ਹਫ਼ਤੇ, ਜਿਸ ਵਿੱਚ ਕਿ ਡਾਕਟਰ ਅਰਿਦਮਨ ਸਿੰਘ ਮਾਹਲ ਨੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਅਸੀਂ ਚੰਗੀ ਸਿਹਤ ਬਣਾ ਕੇ ਰੱਖ ਸਕਦੇ ਹਾਂ। ਇਸ ਦੇ ਵਿੱਚ ਇਹਨਾਂ ਨੇ ਬੇਸਿਕਸ ਜਿਹੜੇ ਨੇ, ਕਿਸ ਤਰੀਕੇ ਨਾਲ ਅਸੀਂ ਆਪਣੇ ਕਿਚਨ ਦਾ ਹੀ ਸਹੀ ਇਸਤੇਮਾਲ ਕਰਕੇ ਉਸਦਾ ਉਪਯੋਗ ਕਰਕੇ ਸਿਹਤ ਨੂੰ ਠੀਕ ਰੱਖੀਏ, ਇਹਦੇ ਉੱਤੇ ਫੋਕਸ ਕਰਕੇ ਗੱਲਬਾਤ ਕੀਤੀ। ਆਓ ਅੱਜ ਇਸ ਲਾਸਟ ਟਾਕ ਸ਼ੋਅ ਦੇ ਵਿੱਚ ਅਸੀਂ ਇਹਨਾਂ ਨਾਲ ਸਾਂਝ ਪਾਉਂਦੇ ਹਾਂ ਕਿ ਓਵਰਆਲ ਅੱਜ ਅਸੀਂ ਖੁਸ਼ ਨਹੀਂ ਹੈਗੇ। ਟੈਕਨੋਲੋਜੀਕਲੀ ਸਾਡੇ ਕੋਲ ਸਭ ਕੁਝ ਹੈ, ਮਾਨਸਿਕ ਤੌਰ 'ਤੇ ਪਰੇਸ਼ਾਨ ਹਾਂ, ਸਰੀਰਕ ਤੌਰ 'ਤੇ ਅਸਵਸਥ ਹਾਂ ਅਤੇ ਅੰਦਰੋਂ ਖੁਸ਼ੀ ਖਤਮ ਹੋਈ ਹੈ। ਕਿਸ ਤਰੀਕੇ ਨਾਲ ਆਪਣੇ ਆਪ ਨੂੰ ਮੁੜ ਸੁਰਜੀਤ ਕਰੀਏ ਅਤੇ ਜੋ ਬਲਿਸਫੁੱਲ ਲਾਈਫ ਹੈ ਉਸਨੂੰ ਅਸੀਂ ਇੰਜੋਏ ਕਰ ਸਕੀਏ। ਸੋ ਅੱਜ ਸਾਂਝ ਪਾਉਂਦੇ ਹਾਂ ਡਾਕਟਰ ਅਰਿਦਮਨ ਸਿੰਘ ਮਾਹਲ ਨਾਲ, ਜਿਹੜੇ ਕਿ ਹੋਲਿਸਟਿਕ ਹੈਲਥ ਐਕਸਪਰਟ ਨੇ। ਜੈ ਹਿੰਦ ਡਾਕਟਰ ਸਾਹਿਬ, ਵੈਲਕਮ ਟੂ ਦ ਪ੍ਰੋਗਰਾਮ ਜੀ। ਥੈਂਕ ਯੂ ਸੋ ਮਚ। ਧੰਨਵਾਦ ਤੁਹਾਡਾ। ਪਿਛਲੇ ਕਈ ਹਫ਼ਤਿਆਂ ਤੋਂ ਅਸੀਂ ਜਿਹੜੀ ਸਾਂਝ ਪਾ ਰਹੇ ਹਾਂ ਆਪਣੇ ਦਰਸ਼ਕਾਂ ਦੇ ਨਾਲ, ਸੋ ਅੱਜ ਇਸ ਨੂੰ ਕੰਕਲੂਡ ਕਰਨ ਦੇ ਵਿੱਚ ਅਸੀਂ ਮਾਇੰਡ ਬੋਡੀ ਸਪਿਰਿਟ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਤੁਹਾਡੇ ਨਾਲ, ਇਸ ਨੂੰ ਫੋਕਸ ਲੈ ਕੇ ਗੱਲਬਾਤ ਕਰੀਏ। ਤਾਂ ਸ਼ੁਰੂਆਤ ਕਰਦੇ ਹਾਂ ਜੀ ਸਪਿਰਿਟ ਤੋਂ, ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਅਸੀਂ ਪੜ੍ਹਦੇ ਹੈਗੇ ਹਾਂ। ਅੱਜ ਬੁੱਝਦੇ ਜਾ ਰਹੇ ਹਾਂ ਅਸੀਂ ਲੋਕਾਂ 'ਚੋਂ ਪਿਆਰ, ਸਨੇਹ, ਮੁਹੱਬਤ ਉੱਤੋਂ ਉੱਤੋਂ ਰਹਿ ਗਈ, ਅੰਦਰੋਂ ਜਿਹੜਾ ਦਿਲੀ ਪਿਆਰ ਹੁੰਦਾ ਸੀ ਉਹ ਅੱਜ ਨਜ਼ਰ ਨਹੀਂ ਆ ਰਿਹਾ। ਕਿਸ ਤਰ੍ਹਾਂ ਇਸ ਚੀਜ਼ ਨੂੰ ਦੁਬਾਰਾ ਤੋਂ ਬਹਾਲ ਕਰੀਏ ਤਾਂ ਕਿ ਅਧਿਆਤਮਿਕ ਪੱਖ ਤੋਂ, ਮਾਨਸਿਕ ਪੱਖ ਤੋਂ ਅਤੇ ਸਰੀਰਕ ਪੱਖ ਤੋਂ ਅਸੀਂ ਤੰਦਰੁਸਤ ਹੋ ਸਕੀਏ? ਜਦੋਂ ਅਸੀਂ ਸਾਈਕੋਸਮੈਟਿਕ ਫਿਟਨੈਸ ਦੀ ਗੱਲ ਕਰਦੇ ਹਾਂ ਜੀ, ਤਾਂ ਉਹਦੇ 'ਚ ਸਮੈਟਿਕ, ਜਦੋਂ ਅਸੀਂ ਬੋਡੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਜੇ ਅਸੀਂ ਸੰਪੂਰਨ ਭੋਜਨ ਲੈਂਦੇ ਹਾਂ ਜੀ, ਤਾਂ ਫਿਰ ਅਸੀਂ ਦੁੱਖਾਂ ਤੋਂ, ਤਕਲੀਫਾਂ ਤੋਂ, ਐਗਨੀਸ ਅਤੇ ਬਿਮਾਰੀਆਂ ਤੋਂ ਬਚ ਸਕਦੇ ਹਾਂ। ਰਾਈਟ। ਲੇਕਿਨ ਜੇ ਅਸੀਂ ਸਾਈਕਿਕ ਪ੍ਰੋਬਲਮਸ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਹੈ ਕਿ ਮਨੋਵਿਕਾਰ ਕੀ ਹੁੰਦੇ ਨੇ ਅਤੇ ਮਨੋਵਿਕਾਰ ਫਿਰ ਮਨੋਰੋਗ ਕਿਵੇਂ ਬਣਦੇ ਆ। ਸੋ ਇਹਦੇ ਵਿੱਚ ਸਟ੍ਰੈਸ ਹੈ, ਸਟ੍ਰੇਨ ਹੈ, ਐਂਗਜ਼ਾਇਟੀ ਆ, ਫੀਅਰ ਆ, ਫੋਬੀਆ ਆ, ਡਿਪਰੈਸ਼ਨ ਆ। ਰਾਈਟ। ਇਹ ਮਨੋਵਿਕਾਰ ਨੇ ਜਿਹੜੇ ਰੋਗ ਬਣ ਜਾਂਦੇ ਆ। ਵਿਕਾਰ ਅਸੀਂ ਉਦੋਂ ਕਹਿੰਦੇ ਹਾਂ ਜਦੋਂ ਟੈਂਪਰੇਰੀ ਫੇਸ ਹੁੰਦਾ ਹੈ, ਆਇਆ ਅਤੇ ਚਲਿਆ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕਈ ਵਾਰੀ ਡਿਪਰੈਸ਼ਨ 'ਚ ਜਾਂਦੇ ਹਾਂ, ਕਈ ਵਾਰੀ ਐਲੀਵੇਸ਼ਨ 'ਚ ਜਾਂਦੇ ਹਾਂ, ਕਈ ਵਾਰੀ ਸਾਨੂੰ ਐਂਗਜ਼ਾਇਟੀ ਹੁੰਦੀ ਹੈ, ਕਈ ਵਾਰੀ ਫੀਅਰ ਆ, ਕਈ ਵਾਰੀ ਫੋਬੀਆ ਆ। ਸੋ ਇਹ ਡਰ, ਵਹਿਮ, ਭਉ, ਉਤੇਜਨਾ, ਡਿਪਰੈਸ਼ਨ, ਤਣਾਅ, ਇਹ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਨੂੰ ਆਉਂਦੇ ਆ, ਆਉਂਦੇ ਰਹਿਣੇ। ਠੀਕ। ਇਹਨਾਂ ਨੂੰ ਅਸੀਂ ਆਪਣੇ ਉੱਤੇ ਹਾਵੀ ਨਾ ਹੋਣ ਦਈਏ। ਬਿਲਕੁਲ। ਤਾਂ ਇਹਨਾਂ ਨੂੰ ਸਮਝਣਾ ਤਾਂ ਪਏਗਾ ਨਾ, ਹੈ ਕੀ ਆ। ਮਾਡਰਨ ਸਾਇੰਸਿਸ ਦੇ ਵਿੱਚ ਇਵੇਂ ਕੀਤਾ ਜਾਂਦਾ ਹੈ ਕਿ ਕਾਫਰ ਕਾ ਸੋਨਾ ਹੀ ਬੰਦਗੀ ਹੈ। ਕਿ ਸਟ੍ਰੈਸ ਹੋਵੇ, ਸਟ੍ਰੇਨ ਹੋਵੇ, ਐਂਗਜ਼ਾਇਟੀ ਹੋਵੇ, ਫੀਅਰ ਹੋਵੇ, ਫੋਬੀਆ ਹੋਵੇ, ਡਿਪਰੈਸ਼ਨ ਹੋਵੇ, ਇੱਕੋ ਹੀ ਦਵਾਈ ਹੈ। ਠੀਕ। ਕਿ ਸਿਡੇਟਿਵਸ ਦੇ ਦਿਓ, ਟ੍ਰੈਂਕਲਾਈਜ਼ਰਸ ਦੇ ਦਿਓ, ਸੁਤਾ ਰਹੇ। ਇਜ਼ ਇਟ ਅ ਸੋਲੂਸ਼ਨ? ਨੋ, ਐਬਸੋਲੂਟਲੀ ਨੋਟ। ਸਾਨੂੰ ਉਹਨੂੰ ਸਮਝਣਾ ਪਏਗਾ ਕਿ ਇੱਥੇ ਡਿਪਰੈਸ਼ਨ ਹੋ ਗਿਆ, ਇੱਥੋਂ ਐਲੀਵੇਟ ਕਰਨਾ ਹੈ। ਇੱਥੇ ਐਂਗਜ਼ਾਇਟੀ ਹੋ ਗਈ ਜਿਹਦੇ ਕਰਕੇ ਫੀਅਰ ਹੋ ਗਿਆ, ਫੋਬੀਆ ਹੋ ਗਿਆ, ਅਤੇ ਇਹਨੂੰ ਅਸੀਂ ਸਲੋ ਡਾਊਨ ਕਰਨਾ ਹੈ। ਠੀਕ। ਜਦੋਂ ਦਿਲ ਦੀ ਧੜਕਣ ਵੱਧ ਜਾਂਦੀ ਹੈ, ਜਦੋਂ ਸਰੀਰ ਦੇ ਉੱਤੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਆ, ਉਸ ਵੇਲੇ ਕੂਲ ਡਾਊਨ ਕਰਨਾ ਹੈ। ਠੀਕ। ਅਤੇ ਜਦੋਂ ਬੰਦਾ ਕਹਿੰਦਾ ਮੈਨੂੰ ਬੁਲਾਇਓ ਨਾ, ਨਿਆਣੇ ਰੌਲਾ ਨਾ ਪਾਉਣ, ਮੈਨੂੰ ਇਕੱਲੇ ਨੂੰ ਰਹਿਣ ਦਿਓ, ਤਾਂ ਉਹਦਾ ਮੂਡ ਐਲੀਵੇਟ ਕਿਵੇਂ ਕਰਨਾ? ਸੋ ਦੋਨਾਂ ਚੀਜ਼ਾਂ ਦੀ ਇੱਕ ਦਵਾਈ ਤਾਂ ਨਹੀਂ ਹੋ ਸਕਦੀ। ਸੋ ਇਸ ਕਰਕੇ ਸਾਨੂੰ ਸਮਝਣਾ ਪਏਗਾ ਕਿ ਮਨੋਵਿਕਾਰ ਅਤੇ ਮਨੋਰੋਗ ਜਿਹੜੇ ਆ, ਮਨੋਵਿਕਾਰ ਹੀ ਨਾ ਆਉਣ ਦਈਏ ਤਾਂ ਫਿਰ ਉਹ ਰੋਗ 'ਚ ਕਨਵਰਟ ਨਹੀਂ ਹੁੰਦਾ। ਠੀਕ। ਅੱਜ ਸਾਡੇ ਕੋਲ, ਸਾਡੇ ਭਾਈਚਾਰੇ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਆ ਗਈ ਆ ਕਿ ਸਾਡੇ ਕੋਲ ਕੇਅਰਿੰਗ ਐਂਡ ਸ਼ੇਅਰਿੰਗ ਗਾਇਬ ਹੋ ਗਈ ਆ। ਸਾਡੇ ਕੋਲ ਟੋਲਰੈਂਸ ਅਤੇ ਪੇਸ਼ੈਂਸ ਖਤਮ ਹੋ ਗਈ ਹੈ। ਰਾਈਟ। ਪਹਿਲਾਂ ਤੁਹਾਡੇ ਬਚਪਨ ਦੇ ਵਿੱਚ ਨੋਰਮਲ ਟੈਂਪਰੇਚਰ ਹੁੰਦਾ ਸੀਗਾ ਥਰਮਾਮੀਟਰ 'ਤੇ 98.4
ਇਸ ਵੇਲੇ 98.6 ਟੋਟਲ ਜਿਹੜੀ ਹਰਾਰਤ ਵਧੀ ਆ ਸਾਡੀ ਬੋਡੀ 'ਚ ਵੀ ਵਧੀ ਆ, ਉਹਨੇ ਸਾਡੇ ਟੈਂਪਰਾਮੈਂਟ ਦੇ ਉੱਤੇ ਮੰਦ ਪ੍ਰਭਾਵ ਪਾਇਆ ਹੈ, ਸਾਡੀ ਟੋਲਰੈਂਸ ਅਤੇ ਪੇਸ਼ੈਂਸ ਘੱਟ ਗਈ ਆ। ਠੀਕ, ਉਹ ਦੇਸ਼ਾਂ ਦੀਆਂ ਲੜਾਈਆਂ ਹੋਣ, ਉਹ ਸਟੇਟਸ ਦੀਆਂ ਲੜਾਈਆਂ ਹੋਣ, ਉਹ ਜ਼ਿਲ੍ਹਿਆਂ ਦੀਆਂ ਲੜਾਈਆਂ ਹੋਣ, ਉਹ ਬੰਦਿਆਂ ਦੀਆਂ ਲੜਾਈਆਂ ਹੋਣ, ਉਹ ਵੱਧ ਗਈਆਂ। ਠੀਕ, ਕਿਉਂਕਿ ਸਾਡੇ ਕੋਲ ਬਰਦਾਸ਼ਤ ਦਾ ਮਾਦਾ ਘੱਟ ਗਿਆ ਆ, ਕਈ ਜਗ੍ਹਾ 'ਤੇ ਮੁੱਕ ਹੀ ਗਿਆ ਆ। ਮਿੰਟ ਨਹੀਂ ਲਾਉਂਦਾ ਇੱਥੇ ਤੁਹਾਡੇ ਵੀ, ਤੂੰ ਮੇਰੀ ਗੱਡੀ ਤੋਂ ਪਾਸ ਨਹੀਂ ਦਿੱਤਾ, ਤੂੰ ਮੇਰੀ ਗੱਡੀ ਤੋਂ ਅੱਗੇ ਲੰਘਿਆ, ਉਸੇ ਵੇਲੇ ਰਿਵਾਲਵਰ ਕੱਢ ਕੇ ਅਤੇ ਸ਼ੂਟ ਕਰ ਦਿੰਦੇ ਆ। ਅਤੇ ਤੁਹਾਡੇ ਕੈਨੇਡਾ ਦੇ ਵਿੱਚ ਤਾਂ ਸ਼ਾਇਦ ਇਹੋ ਜਿਹਾ ਰੂਲ ਹੈਗਾ ਕਿ ਤੁਸੀਂ ਆਰਮ ਅਤੇ ਅਮਨੀਸ਼ਨ ਇਕੱਠੇ ਨਹੀਂ ਰੱਖ ਸਕਦੇ, ਰਿਵਾਲਵਰ ਅੱਗੇ ਰੱਖਿਆ ਅਤੇ ਗੋਲੀਆਂ ਪਿੱਛੇ ਰੱਖੋ, ਅਤੇ ਜੇ ਉਲਟਾ। ਬਿਲਕੁਲ, ਉਹਦਾ ਮਤਲਬ ਇਹ ਆ ਕਿ ਤੁਸੀਂ ਅਗਰ ਇਹੋ ਜਿਹਾ ਉਤੇਜਨਾ ਦੇ ਨਾਲ, ਤੁਹਾਡੇ ਕੋਲ ਪੇਸ਼ੈਂਸ ਘੱਟ ਆ, ਟੋਲਰੈਂਸ ਘੱਟ ਹੈ, ਅਤੇ ਇੰਨੇ ਸਮੇਂ ਦੇ ਵਿੱਚ ਕਿ ਤੁਸੀਂ ਉਹਨੂੰ ਲੋਡ ਕਰਨਾ, ਤੁਸੀਂ ਆਪਣਾ ਮਨ ਬਦਲ ਲੈਂਦੇ ਹੋ ਕਿ ਮੈਂ ਗੋਲੀ ਨਹੀਂ ਚਲਾਉਣੀ। ਠੀਕ, ਸੋ ਇਹ ਟੋਲਰੈਂਸ ਅਤੇ ਪੇਸ਼ੈਂਸ ਅਗਰ ਆ ਜਾਏ ਔਰ ਉਸ ਤੋਂ ਬਾਅਦ ਕੇਅਰਿੰਗ ਅਤੇ ਸ਼ੇਅਰਿੰਗ ਆ ਜਾਏ, ਇਹ ਇੱਕ ਸਿੱਕੇ ਦੇ ਦੋ ਪਾਸੇ ਆ। ਲੇਕਿਨ ਅਸੀਂ ਇਹ ਗਵਾ ਬੈਠੇ ਹਾਂ ਜੇ ਅੱਜ ਅਸੀਂ ਇਹਨਾਂ ਨੂੰ ਪੱਲੇ ਬੰਨ੍ਹ ਲਈਏ ਕਿ ਆਹ ਚਾਰ ਚੀਜ਼ਾਂ ਨੇ, ਇਹਨਾਂ ਨੂੰ ਅਸੀਂ ਬੁੱਝਣ ਨਹੀਂ ਦੇਣਾ, ਇਹਨਾਂ ਨੂੰ ਗਾਇਬ ਨਹੀਂ ਹੋਣ ਦੇਣਾ, ਅਤੇ ਅੱਧੀਆਂ ਮੁਸ਼ਕਲਾਂ ਸਾਡੀਆਂ ਹੱਲ ਹੋ ਜਾਣਗੀਆਂ। ਠੀਕ, ਤੁਸੀਂ ਮੈਨੂੰ ਕੋਈ ਉਤੇਜਨਾ ਵਾਲੇ ਲਫ਼ਜ਼ ਕਹਿ ਵੀ ਦਿੱਤੇ, ਬੇਸ਼ੱਕ ਜਾਣ ਬੁੱਝ ਕੇ ਕਹੇ ਹੋਣ, ਰਾਈਟ, ਅਤੇ ਮੈਂ ਇੱਟ ਦਾ ਜਵਾਬ ਪੱਥਰ ਨਾਲ ਤਾਂ ਨਹੀਂ ਦੇਣਾ ਨਾ। ਬਿਲਕੁਲ, ਲੇਕਿਨ ਆਮ ਤੌਰ ਦੇ ਉੱਤੇ ਇਹੀ ਹੁੰਦਾ ਕਿ ਤੁਸੀਂ ਇੱਟ ਦਾ ਜਵਾਬ ਪੱਥਰ ਨਾਲ ਹੀ ਦੇਣਾ ਚਾਹੁੰਦੇ ਹੋ। ਆਊਟਸਾਈਡ ਸਰਕਮਸਟਾਂਸਿਸ ਅੱਜ ਸਾਨੂੰ ਕੰਟਰੋਲ ਕਰ ਰਹੇ ਨੇ, ਜਦਕਿ ਅੰਦਰੋਂ ਅਸੀਂ ਆਪਣੇ ਆਪ ਨੂੰ ਇਹ ਚੀਜ਼ਾਂ ਨੂੰ ਕੰਟਰੋਲ ਨਹੀਂ ਕਰ ਸਕ ਰਹੇ। ਬ੍ਰੇਕ ਲੈਣੇ 'ਚ ਵਾਪਸ ਆ ਕੇ ਇਹ ਜਿਹੜਾ ਤੁਸੀਂ ਟੱਚ ਕੀਤਾ ਸਬਜੈਕਟ, ਇਸ ਉੱਤੇ ਹੋਰ ਗੱਲਬਾਤ ਕਰਦੇ ਹਾਂ। ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਦੇ ਜੀਵਨ ਦੇ ਵਿੱਚ ਕੰਟਰੋਲ, ਆਪਣੇ ਮਨ ਦੇ ਉੱਤੇ ਕਾਬੂ ਪਾਉਣਾ, ਇਸ ਉੱਤੇ ਜ਼ਿਕਰ ਕਰ ਰਹੇ ਸੀ ਮਾਲ ਸਾਹਿਬ ਬ੍ਰੇਕ ਤੋਂ ਪਹਿਲਾਂ। ਆਓ ਜੁੜੀਏ, ਕਿਉਂਕਿ ਜਦੋਂ ਅਸੀਂ ਕਹਿੰਦੇ ਆਪਣੇ ਆਪ ਨੂੰ ਤੰਦਰੁਸਤ ਰੱਖਣਾ, ਤਾਂ ਮਾਨਸਿਕ ਤੌਰ 'ਤੇ, ਅਧਿਆਤਮਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਅੱਜ ਸਾਇੰਸ ਵੀ ਕਹਿ ਰਹੀ ਹੈ ਕਿ ਤਿੰਨਾਂ ਚੀਜ਼ਾਂ ਦਾ ਸੰਬੰਧ ਹੈਗਾ। ਪਰ ਹਜ਼ਾਰਾਂ ਸਾਲਾਂ ਤੋਂ ਇਹ ਏਨਸ਼ੀਅੰਟ ਸਾਇੰਸ ਜਿਸ ਨੂੰ ਕਿ ਪ੍ਰੋਪੀਗੇਟ ਕਰ ਰਹੇ ਨੇ ਡਾਕਟਰ ਅਰਿਦਮਨ ਸਿੰਘ ਮਾਹਲ, ਇੱਥੇ ਵੀ ਪਹਿਲਾਂ ਬਹੁਤ ਵਾਰ ਆ ਕੇ ਟਾਕ ਸ਼ੋਜ਼ ਦੇ ਉੱਤੇ, ਰੇਡੀਓ ਦੇ ਉੱਤੇ, ਟੈਲੀਵਿਜ਼ਨ ਦੇ ਉੱਤੇ ਅਤੇ ਲੈਕਚਰਸ ਰਾਹੀਂ ਇਹ ਲੋਕਾਂ ਨੂੰ ਸੁਚੇਤ ਕਰਦੇ ਆਏ ਨੇ ਕਿ ਆਪਣੀ ਸਿਹਤ ਦੇ ਜ਼ਿੰਮੇਵਾਰ ਆਪ ਬਣ ਜਾਓ। ਆਓ ਗੱਲਬਾਤ ਕਰਦੇ ਹਾਂ ਡਾਕਟਰ ਮਾਹਲ ਦੇ ਨਾਲ। ਜੀ ਡਾਕਟਰ ਸਾਹਿਬ, ਸੋ ਤੁਸੀਂ ਕਹਿ ਰਹੇ ਸੀ ਕਿ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇਣਾ, ਬਟ ਹੁੰਦਾ ਤਾਂ ਇਹੀ ਹੈ। ਤੁਸੀਂ ਮੈਨੂੰ ਕੁਝ ਕਹਿ ਦਿੱਤਾ, ਜਿੰਨਾ ਮਰਜ਼ੀ ਮੈਂ ਸ਼ਾਂਤ ਹੈਗਾ, ਲੇਕਿਨ ਉਸੀ ਸਮੇਂ ਮੈਂ ਉਬਲ ਜਾਵਾਂਗਾ, ਅੱਗ ਬਬੋਲਾ ਹੋ ਕੇ ਮੈਂ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਕਰਨ ਨੂੰ ਤਿਆਰ ਹੋ ਜਾਣਾ ਜੋ ਅੱਜ ਸਮਾਜ 'ਚ ਨਜ਼ਰ ਆ ਰਿਹਾ। ਕਿਸ ਤਰ੍ਹਾਂ ਫਿਰ ਉਹ ਅੰਦਰ ਸਹਿਜ ਅਵਸਥਾ ਦੇ ਵਿੱਚ ਅਸੀਂ ਪਹੁੰਚੇ? ਪਹਿਲਾਂ ਤਾਂ ਇਹ ਗੱਲ ਮੰਨ ਕੇ ਚੱਲੀਏ ਕਿ ਆਮ ਲੋਕਾਂ ਨੇ ਇਸ ਨੂੰ ਇੱਕ ਟੂਲ ਬਣਾ ਲਿਆ ਜਿਹਨੂੰ ਅਸੀਂ ਪ੍ਰੋਵੋਕੇਸ਼ਨ ਕਹਿੰਦੇ ਹਾਂ। ਰਾਈਟ, ਬਿਲਕੁਲ, ਇਹ ਇੱਕ ਟੂਲ ਹੈ। ਉਹ ਟੂਲ ਜਦੋਂ ਉਹ ਤੁਹਾਡੇ ਅੰਦਰੋਂ ਆਦਮ ਜਾਗ ਪੈਂਦਾ ਹੈ ਤੇ ਉਹ ਆਪਣੇ ਆਪ ਨੂੰ ਆਪ ਹੀ ਖਤਮ ਕਰ ਲੈਂਦਾ, ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਹੈ। ਰਾਈਟ, ਤੁਹਾਨੂੰ ਤਾਂ ਪ੍ਰੋਵੋਕ ਕੀਤਾ ਉਹਨੇ, ਪ੍ਰੋਵੋਕ ਕਰਕੇ ਤੁਸੀਂ ਬਲਾਸਟ ਹੋ ਗਏ। ਠੀਕ, ਕੀ ਅਸੀਂ ਕਿਸੇ ਦੀ ਪ੍ਰੋਵੋਕੇਸ਼ਨ ਦੇ ਵਿੱਚ ਬਲਾਸਟ ਹੋਣਾ ਚਾਹੁੰਦੇ ਹਾਂ? ਨਹੀਂ ਚਾਹੁੰਦੇ। ਸੋ ਆਪਣੇ ਅੰਦਰ ਟੋਲਰੈਂਸ ਅਤੇ ਪੇਸ਼ੈਂਸ, ਜਿਹੜਾ ਸਹਿਣਸ਼ੀਲਤਾ ਦਾ ਮਾਦਾ ਆ, ਉਹ ਵਧਾਓ। ਅਕਾਲ ਪੁਰਖ ਨੇ ਔਰਤਾਂ 'ਚ ਜ਼ਿਆਦਾ ਦਿੱਤਾ ਹੋਇਆ, ਮਰਦਾਂ 'ਚ ਘੱਟ ਹੈ ਜੀ। ਮਰਦ ਰੌਲਾ ਪਾ ਕੇ ਆਪਣੇ ਆਪ ਨੂੰ ਤਾਕਤਵਰ ਦੱਸਦਾ ਆ ਅਤੇ ਔਰਤ ਚੁੱਪ ਰਹਿ ਕੇ ਤਾਕਤਵਰ ਹੈ। ਅਸੀਂ ਪੋਜ਼ ਕਰਦੇ ਹਾਂ ਰੌਲਾ ਪਾ ਕੇ, ਗਾਲ ਕੱਢਾਂਗੇ, ਉੱਚੀ ਬੋਲਾਂਗੇ, ਲੇਕਿਨ ਔਰਤ ਜਦੋਂ ਚੁੱਪ ਹੋ ਜਾਂਦੀ ਹੈ, ਉਸ ਵੇਲੇ ਉਹਦੀ ਤਾਕਤ ਉਜਾਗਰ ਹੋ ਰਹੀ ਹੈ। ਤੇ ਜੇ ਅਸੀਂ ਚੁੱਪ ਹੋਣਾ ਸਿੱਖ ਲਈਏ, ਔਰਤ ਕੋਲੋਂ ਸਿੱਖ ਜਾਈਏ, ਤੇ ਬੜੇ ਮਸਲੇ ਹੱਲ ਹੋ ਸਕਦੇ। ਠੀਕ, ਔਰਤ ਮੌਕੇ 'ਤੇ ਜਵਾਬ ਦਿਓ, ਜਦੋਂ ਮੌਕਾ ਆਏਗਾ ਉਦੋਂ ਜਵਾਬ ਦੇਵਾਂਗੇ, ਅਜੇ ਨਹੀਂ ਜਵਾਬ ਦੇਣਾ। ਔਰ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇਣਾ, ਤੁਸੀਂ ਇੱਟ ਦਾ ਜਵਾਬ ਵੀ ਜਿਹੜਾ ਆ ਉਹ ਫੁੱਲ ਦੇ ਨਾਲ ਦੇਣਾ, ਜਵਾਬ ਦੇਣਾ ਹੈ। ਲੇਕਿਨ ਇਹ ਤਾਂ ਤੁਹਾਡਾ ਕੈਲੀਬਰ ਸੋਚੇਗਾ ਨਾ ਕਿ ਇੱਟ ਦਾ ਜਵਾਬ ਫੁੱਲ ਨਾਲ ਕਿਵੇਂ ਅਸੀਂ ਦੇਣਾ, ਪੱਥਰ ਨਾਲ ਨਹੀਂ। ਰਾਈਟ, ਸੋ ਜਿਹੜੀ ਕੇਅਰਿੰਗ ਅਤੇ ਸ਼ੇਅਰਿੰਗ ਆ ਉਹ ਸਾਡੇ ਇਸ ਸਮਾਜ ਦੇ ਵਿੱਚ ਗੁਆਚ ਗਈ ਆ। ਠੀਕ,
ਬੰਦਾ ਸੈਂਡਵਿਚ ਹੋਇਆ ਹੋਇਆ ਹੈ। ਸੈਂਡਵਿਚ ਇਸ ਤਰੀਕੇ ਦੇ ਨਾਲ ਹੋਇਆ ਹੈ ਕਿ ਨਾ ਤਾਂ ਉਹ ਮਾਂ ਬਾਪ ਜੋਗਾ ਰਹਿ ਗਿਆ ਅਤੇ ਬੱਚੇ ਵੀ ਉਹਦੇ ਹੱਥੋਂ ਤਿਲਕ ਕੇ ਬਾਹਰ ਹੋ ਗਏ। ਠੀਕ, ਬੱਚੇ ਉਹਦੇ ਕਹਿਣੇ 'ਚ ਨਹੀਂ ਹੈ, ਮਾਂ ਬਾਪ ਦੀਆਂ ਆਕਾਂਕਸ਼ਾਵਾਂ ਦੇ ਮੁਤਾਬਕ ਉਹ ਪੂਰਾ ਨਹੀਂ ਉੱਤਰ ਰਿਹਾ ਅਤੇ ਬੰਦਾ ਸੋਚਦਾ ਵੀ ਮੇਰੀ ਜ਼ਿੰਦਗੀ ਕਾਹਦੀ ਰਹਿ ਗਈ। ਠੀਕ, ਉਹਦਾ ਇਹ ਕਾਰਨ ਆ ਕਿ ਤੁਹਾਡੇ ਕੋਲ ਟੋਲਰੈਂਸ ਅਤੇ ਪੇਸ਼ੈਂਸ ਤੋਂ ਬਾਅਦ ਦੀ ਜਿਹੜੀ ਗੱਲ ਹੈ ਉਹ ਤੁਹਾਡੇ ਕੋਲੋਂ ਖਤਮ ਹੋ ਗਈ ਹੈ। ਸੋ ਅੱਜ ਬੜੀ ਵੱਡੀ ਜ਼ਰੂਰਤ ਹੈ ਕਿ ਜਿੱਥੇ ਅਸੀਂ ਸਹਿਨਸ਼ੀਲਤਾ ਦੀ ਗੱਲ ਕਰਦੇ ਹਾਂ ਉੱਥੇ ਅਸੀਂ ਕੇਅਰਿੰਗ ਅਤੇ ਸ਼ੇਅਰਿੰਗ ਲੈ ਕੇ ਆਈਏ। ਕਿੰਨੇ ਪਰਸੈਂਟ ਲੋਕ ਨੇ ਜਿਹੜੇ ਉਡੀਕਦੇ ਹੁੰਦੇ ਆ ਕਿ ਮੇਰੀ ਵਾਈਫ ਨੇ ਕੰਮ ਤੋਂ ਆਉਣਾ ਹੈ ਅਤੇ ਮੈਂ ਉਹਦੇ ਵਾਸਤੇ ਆਹ ਕਰਕੇ ਰੱਖਣਾ ਆਹ ਕਰਕੇ ਰੱਖਣਾ। ਬੰਦਾ ਜਦੋਂ ਕੰਮ ਕਰਕੇ ਘਰੋਂ ਪਰਤਦਾ ਆ ਕਦੀ ਉਹਨੇ ਗੁਲਾਬ ਦਾ ਫੁੱਲ ਲਿਆਂਦਾ ਕਿ ਬਈ ਮੈਂ ਆਪਣੀ ਵਾਈਫ ਨੂੰ ਦੇਣਾ ਆ, ਉਹ ਕੋਈ ਵੈਲਿਊ ਨਹੀਂ ਕਰਦਾ ਹੁੰਦਾ, ਪਰ ਉਹਦੇ ਵਾਸਤੇ ਉਹ ਸਭ ਤੋਂ ਭਰਪੂਰ ਸ਼ਲਾਘਾ ਆ ਔਰ ਉਹਨੂੰ ਪਲੀਜ਼ ਕਰਨਾ ਹੈ। ਰਾਈਟ, ਸੋ ਜਿੰਨੀ ਦੇਰ ਤੱਕ ਅਸੀਂ ਕਹਿੰਦੇ ਹੁੰਦੇ ਸੀ ਕਿ ਦੁੱਖ ਆ ਜਿਹੜਾ ਉਹ ਜਦੋਂ ਅਸੀਂ ਸ਼ੇਅਰ ਕਰਦੇ ਹਾਂ ਅਤੇ ਉਹ ਅੱਧਾ ਰਹਿ ਜਾਂਦਾ ਅਤੇ ਖੁਸ਼ੀ ਜਿਹੜੀ ਆ ਉਹ ਦੂਣੀ ਹੋ ਜਾਂਦੀ। ਬਿਲਕੁਲ, ਦਿਸ ਇਜ਼ ਕੇਅਰਿੰਗ ਐਂਡ ਸ਼ੇਅਰਿੰਗ। ਔਰ ਜਦੋਂ ਤੁਸੀਂ ਕਿਸੇ ਦੀ ਕੇਅਰ ਕਰਦੇ ਹੋ, ਦਿਲੋਂ ਕਰਦੇ ਹੋ, ਤਾਂ ਫਿਰ ਉਹ ਉਜਾਗਰ ਹੁੰਦਾ ਆ ਤੁਹਾਡੇ ਨਾਲ ਦੁੱਖ ਦਰਦ ਸ਼ੇਅਰ ਕਰਨ ਵਾਸਤੇ। ਠੀਕ, ਸੋ ਕੇਅਰਿੰਗ ਹੈ ਜਿਹੜੀ ਉਹ ਸ਼ੇਅਰਿੰਗ ਦੀ ਉਹਨੂੰ ਲੈ ਕੇ ਆਉਂਦੀ ਆ। ਰਾਈਟ, ਅਤੇ ਜਦੋਂ ਵੈਕਿਊਮ ਰਿਲੀਜ਼ ਹੋ ਜਾਂਦਾ ਆ, ਜਦੋਂ ਤੁਸੀਂ ਕਿਸੇ ਦੀ ਕੇਅਰ ਕਰਦੇ ਹੋ ਅਤੇ ਉਹਨੇ ਦੁੱਖ ਜਿਹੜਾ ਬਹੁਤ ਦੇਰ ਦਾ ਛੁਪਾ ਕੇ ਰੱਖਿਆ ਹੋਇਆ ਸੀ ਉਹ ਤੁਹਾਡੇ 'ਤੇ ਯਕੀਨ ਕਰਕੇ, ਤੁਹਾਡੇ 'ਤੇ ਬਿਲੀਵ ਕਰਕੇ ਕਿ ਤੁਸੀਂ ਉਹਦੇ ਲਈ ਟਰੁੱਥਫੁੱਲ ਹੋ, ਜਦੋਂ ਫਿਰ ਆਪਣਾ ਦੁੱਖ ਸ਼ੇਅਰ ਕਰਦਾ ਹੈ ਅਤੇ ਉਹਦੇ ਅੰਦਰ ਬਣੇ ਹੋਏ ਗੁਬਾਰੇ ਬਣੇ ਹੋਏ ਵੈਕਿਊਮ ਰਿਲੀਕਸ ਹੋ ਜਾਂਦੇ ਆ ਅਤੇ ਬੰਦਾ ਨੋਰਮਲ ਹੋ ਜਾਂਦਾ। ਉਸ ਤਰ੍ਹਾਂ ਦੇ ਹਾਲਾਤ ਕਿਉਂ ਨਾ ਪੈਦਾ ਕਰੀਏ ਅਸੀਂ। ਰਾਈਟ, ਅਗਰ ਅਸੀਂ ਅੱਜ ਕੇਅਰਿੰਗ ਸ਼ੇਅਰਿੰਗ ਪੇਸ਼ੈਂਸ ਐਂਡ ਟੋਲਰੈਂਸ ਗ੍ਰਹਿਣ ਕਰ ਲਈਏ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮਨੋ ਰੋਗ ਔਰ ਮਨੋ ਵਿਕਾਰ ਅੱਧੇ ਹੋ ਜਾਣਗੇ, ਇਹ ਮੈਂ ਕਲੇਮ ਕਰਦਾ। ਲੇਕਿਨ ਅਸੀਂ ਕਰ ਨਹੀਂ ਪਾ ਰਹੇ। ਰਾਈਟ, ਅਸੀਂ ਬੱਚਿਆਂ ਨੂੰ ਪੜ੍ਹਾਈ ਜਾ ਰਹੇ ਹਾਂ, ਡਿਗਰੀਆਂ ਲੈ ਕੇ ਦੇਈ ਜਾ ਰਹੇ ਹਾਂ, ਨੌਕਰੀਆਂ ਲੈ ਕੇ ਦੇਈ ਜਾ ਰਹੇ ਹਾਂ, ਲੇਕਿਨ ਜਿਹੜੀਆਂ ਬੇਸਿਕ ਜ਼ਿੰਦਗੀ ਦੀਆਂ ਚੀਜ਼ਾਂ ਆ ਉਹਦੇ ਤੋਂ ਵਿਹੂਣੇ ਹਾਂ ਅਸੀਂ। ਬਿਲਕੁਲ ਜੀ, ਥਿਉਰੀ 'ਤੇ ਬਹੁਤ ਗੱਲਾਂ ਹੋ ਰਹੀਆਂ ਲੇਕਿਨ ਪ੍ਰੈਕਟਿਸ ਦੇ ਵਿੱਚ ਉਹ ਘਟਦੀਆਂ ਜਾ ਰਹੀਆਂ, ਜਿਸ ਕਾਰਨ ਇਹ ਸਮੱਸਿਆਵਾਂ ਵੱਧ ਰਹੀਆਂ ਨੇ। ਕੋਈ ਗਾਈਡੈਂਸ ਨਹੀਂ ਹੈ, ਕੋਈ ਕਾਉਂਸਲਿੰਗ ਨਹੀਂ ਹੈ, ਕੋਈ ਮੈਂਟਰਿੰਗ ਨਹੀਂ ਹੈ, ਕੋਈ ਤੁਹਾਨੂੰ ਦੱਸਣ ਵਾਲਾ ਨਹੀਂ ਹੈ। ਇਹ ਅਸੀਂ ਗੱਲਾਂ ਕਰ ਰਹੇ ਹਾਂ, ਤੁਸੀਂ ਮੈਨੂੰ ਦੱਸੋ ਕਿਹੜੇ ਇੰਟਰਨੈਟ 'ਤੇ ਪਿਆ ਹੋਇਆ ਸਾਰਾ ਕੁਛ। ਅਸੀਂ ਗੱਲਾਂ ਕਰ ਰਹੇ ਹਾਂ ਅਤੇ ਦੱਸ ਰਹੇ ਹਾਂ ਕਿ ਇੱਕ ਦੂਸਰੇ ਨੂੰ ਪਲੀਜ਼ ਕਿਵੇਂ ਕਰਨਾ ਆ, ਉਹਦੇ 'ਤੇ ਪੈਸਾ ਨਹੀਂ ਲੱਗਦਾ। ਰਾਈਟ, ਉਹ ਭਾਵਨਾਵਾਂ ਨੇ। ਬਿਲਕੁਲ, ਕੀ ਅਸੀਂ ਉਹ ਭਾਵਨਾਵਾਂ ਪੈਦਾ ਨਹੀਂ ਕਰ ਸਕਦੇ? ਇੱਕ ਮਰਦ ਦੀ ਕੀ ਖੁਸ਼ੀ, ਇੱਕ ਬੰਦਾ ਥੱਕਿਆ ਟੁੱਟਿਆ ਘਰੋਂ ਆਉਂਦਾ ਆ, ਔਰਤ ਸਾਰਾ ਦਿਨ ਕਰ ਰਿਹਾ, ਉਹਨੂੰ ਆਉਂਦਿਆਂ ਕਹੇ ਤੇਰੇ ਪੈਰ ਠੰਡੇ ਹੋ ਗਏ ਹੋਣੇ ਆ, ਮੈਂ ਪਾਣੀ ਗਰਮ ਕਰਕੇ ਰੱਖਿਆ, ਤੂੰ ਪੈਰ ਇਹਦੇ ਵਿੱਚ ਰੱਖ ਤਾਂ ਕਿ ਤੇਰੇ ਪੈਰ ਨਿੱਘੇ ਹੋ ਜਾਣ। ਮੈਂ ਕਹਿੰਦਾ ਬੰਦਾ ਬਾਗੋ ਬਾਗ ਹੋ ਜਾਏਗਾ। ਰਾਈਟ, ਔਰਤ ਘਰ ਬੈਠੀ ਹੋਈ ਆ, ਬੰਦਾ ਕਹਿੰਦਾ ਮੈਂ ਘਰ ਚੱਲਿਆ, ਮੈਂ ਆਪਣੀ ਵਾਈਫ ਵਾਸਤੇ ਨਾ ਅੱਜ ਮੈਂ ਆਹ ਫੁੱਲ ਲੈ ਕੇ ਜਾਣੇ, ਗੁਲਾਬ ਦੇ ਜਾਂਦਿਆਂ ਨੂੰ ਇੱਕ ਫੁੱਲ ਫੜਾ ਦਿਓ। ਉਹ ਔਰਤ ਫੁੱਲ ਦੇ ਨਾਲ ਫੁੱਲ ਹੀ ਨਹੀਂ ਸਮਾਉਂਦੀ। ਰਾਈਟ, ਇਹ ਚੀਜ਼ਾਂ ਅਸੀਂ ਡਿਸਕਸ ਹੀ ਨਹੀਂ ਕਰਦੇ। ਹੈਗੀਆਂ ਬਹੁਤ ਛੋਟੀਆਂ ਚੀਜ਼ਾਂ ਲੇਕਿਨ ਇਹਦਾ ਬਹੁਤ ਪ੍ਰੋਫਾਊਂਡ ਇਫੈਕਟ ਹੈਗਾ। ਯੈਸ, ਫਿਰ ਅਸੀਂ ਕਹਿ ਸਕਦੇ ਹਾਂ ਕਿ ਯੈਸ, ਜੇ ਅਸੀਂ ਕਹਿੰਦੇ ਹਾਂ ਕਿ ਇਹ ਮਨ ਆਤਮਾ ਦਿਮਾਗ ਸਰੀਰ ਇਹਦੀ ਸਿੰਕਰੋਨਾਈਜੇਸ਼ਨ ਜਿਹੜੀ ਉਹ ਤੰਦਰੁਸਤੀ ਵੱਲ ਨੂੰ ਲੈ ਕੇ ਜਾਂਦੀ ਹੈ, ਅਤੇ ਜੇ ਅਸੀਂ ਇਹ ਚੀਜ਼ਾਂ ਲੈ ਜਾਈਏ ਆਪਸ ਦੇ ਵਿੱਚ ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਸਾਡੇ ਦੁੱਖ ਦਰਦ ਅੱਧੇ ਹੋ ਜਾਣਗੇ। ਥੋੜ੍ਹਾ ਜਿਹਾ ਮੈਂ ਟੱਚ ਕਰਨਾ ਚਾਹਾਂਗਾ ਜਿਹੜਾ ਪ੍ਰੋਗਰਾਮ 'ਚ ਸਮਾਂ ਬਾਕੀ ਬਚਿਆ, ਆਪਣੇ ਥੋਟ ਪ੍ਰੋਸੈਸ ਦੇ ਉੱਤੇ ਕਿਹਾ ਜਾਂਦਾ ਕਿ ਜਿਹੋ ਜਿਹੀ ਤੁਹਾਡੀ ਥੋਟ ਹੈ ਉਹੋ ਜਿਹੀ ਤੁਹਾਡੀ ਡੈਸਟੀਨੀ ਬਣ ਜਾਂਦੀ ਹੈਗੀ ਹੈ। ਇਹ ਥੋਟਸ ਅੱਜ ਆਮ ਤੌਰ ਦੇ ਉੱਤੇ ਸਾਡਾ ਜਿਹੜਾ ਮਾਇੰਡ ਹੈਗਾ ਉਹ ਨੈਗੇਟਿਵ ਵਾਲੇ ਪਾਸੇ ਬੜੀ ਛੇਤੀ ਆਕਰਸ਼ਿਤ ਹੋ ਜਾਂਦਾ, ਜਦਕਿ ਪੋਜ਼ਿਟਿਵਿਟੀ ਜਿਹੜੀ ਹੈਗੀ ਉਹ ਸਾਡੇ 'ਚੋਂ ਖਤਮ ਹੋ ਰਹੀ ਹੈ। ਜਦਕਿ ਸਾਨੂੰ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਸਾਨੂੰ ਗੁਰੂ ਨੇ ਸਾਨੂੰ ਇਹ ਮੈਸੇਜ ਦਿੱਤਾ ਸੀ, ਦੁੱਖ ਹੋਏ, ਸੁੱਖ ਹੋਏ, ਹਨੇਰਾ ਹੋਏ, ਧੁੱਪ ਹੋਵੇ, ਹਮੇਸ਼ਾ ਉਸ ਦੀ ਰਜ਼ਾ ਵਿੱਚ ਰਹਿ ਕੇ, ਉਸਦੇ ਸ਼ੁਕਰਾਨੇ 'ਚ ਰਹਿ ਕੇ ਚੜ੍ਹਦੀ ਕਲਾ 'ਚ ਰਹਿਣਾ। ਪਰ ਕੀ ਹੋ ਗਿਆ ਅਤੇ ਕਿਵੇਂ ਇਸ ਕੌਨਸੈਪਟ ਨੂੰ ਅਸੀਂ ਮੋੜ ਤੋਂ ਉਜਾਗਰ ਕਰੀਏ, ਇਸ ਬਾਰੇ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ। ਖਾਲੀ ਘਰ ਅਨਇਨਵਾਈਟਿੰਗ ਅਤੇ ਕੋਲਡ ਲੱਗਦਾ ਹੈ, ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ, ਕਲਰ ਅਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ। ਆਪਣੇ ਘਰ ਨੂੰ ਸੇਲ 'ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਅਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ, ਤਾਂ ਕਿ ਉਹ ਆਪਣੇ ਸਕਿੱਲਸ ਅਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡੋਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ। ਕਾਲ 6046576612 ਜਾਂ ਫਿਰ ਇਹਨਾਂ ਦੀ ਵੈਬਸਾਈਟ ਐਨ ਐਲੀਗੈਂਟ ਟੱਚ.ca 'ਤੇ ਜਾਓ।
ਅੱਜ ਦੇ ਸੈਗਮੈਂਟ ਵਿੱਚ ਮੇਰਾ ਸਾਥ ਦੇ ਰਹੇ ਨੇ ਡਾਕਟਰ ਅਰੀਦਮਨ ਸਿੰਘ ਮਾਹਲ ਅਤੇ ਗੱਲਬਾਤ ਚੱਲ ਰਹੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਅਧਿਆਤਮਿਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰੱਖਣਾ ਹੈ। ਜਿਹੜਾ ਸੁਮੇਲ ਹੈਗਾ ਮਾਇੰਡ ਬੋਡੀ ਅਤੇ ਸੋਲ ਦਾ ਕੋਨਸੈਪਟ, ਉਸ ਉੱਤੇ ਗੱਲਬਾਤ ਕਰ ਰਹੇ ਹਾਂ। ਅਤੇ ਬ੍ਰੇਕ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੋਂ ਸਵਾਲ ਪੁੱਛਿਆ ਸੀ ਕਿ ਥੋਟ ਪ੍ਰੋਸੈਸ ਨੂੰ ਕਿਵੇਂ ਅਸੀਂ ਬੈਟਰ ਕਰੀਏ, ਇਹਦਾ ਕੀ ਇੰਪੈਕਟ ਸਾਡੀ ਸਰੀਰਕ ਸਿਹਤ 'ਤੇ ਪੈਂਦਾ ਹੈ, ਇਸ ਬਾਰੇ ਉਹ ਕੁਛ ਚਰਚਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਇਹ ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਹੈ ਕਿ ਆਤਮਾ, ਮਨ, ਦਿਮਾਗ ਅਤੇ ਸਰੀਰ। ਅਸੀਂ ਸਰੀਰ ਦੇ ਭੋਜਨ ਦੀ ਗੱਲ ਕਰਦੇ ਹਾਂ, ਦਿਮਾਗ ਦੇ ਭੋਜਨ ਦੀ ਕਦੇ ਗੱਲ ਨਹੀਂ ਕੀਤੀ, ਰਾਈਟ, ਮਨ ਦੇ ਭੋਜਨ ਦੀ ਕਦੇ ਗੱਲ ਨਹੀਂ ਕੀਤੀ ਅਤੇ ਨਾ ਸਾਡੀ ਰੂਹ ਅਤੇ ਆਤਮਾ ਦੇ ਭੋਜਨ ਦੀ ਗੱਲ ਕੀਤੀ ਹੈ। ਭੋਜਨ ਉਹਨਾਂ ਦਾ ਵੀ ਹੈ, ਠੀਕ। ਸੋ ਜੇ ਸਾਨੂੰ ਇਹ ਪਤਾ ਲੱਗ ਜਾਏ ਕਿ ਇਹਨਾਂ ਚਾਰਾਂ ਸੈਗਮੈਂਟਸ ਦਾ ਭੋਜਨ ਵੱਖਰਾ ਵੱਖਰਾ ਹੈ ਅਤੇ ਅਸੀਂ ਉਹਨੂੰ ਟਾਈਮਲੀ ਫੀਡ ਕਰਦੇ ਰਹੀਏ, ਅਤੇ ਮੈਂ ਸਮਝਦਾ ਹੈ ਕਿ ਉਹ ਤ੍ਰਿਪਤ ਹੋ ਕੇ ਤੁਹਾਨੂੰ ਉਸਾਰੂ ਪਾਸੇ ਲੈ ਕੇ ਜਾਣਗੇ, ਕੰਸਟਰਕਟਿਵ ਸਾਈਡ 'ਤੇ ਲੈ ਕੇ ਜਾਣਗੇ। ਆਤਮਾ ਦਾ ਭੋਜਨ ਕੀ ਹੈ ਜੀ? ਆਤਮਾ ਦਾ ਭੋਜਨ ਇੰਨਾ ਛੋਟਾ ਹੈ, ਲੇਕਿਨ ਅਸੀਂ ਦੇ ਨਹੀਂ ਪਾ ਰਹੇ ਉਹਨੂੰ। ਆਤਮਾ ਦਾ ਭੋਜਨ ਇੰਨਾ ਹੀ ਹੈ ਕਿ ਉਹ ਕਹਿੰਦੀ ਮੇਰੀ ਗੱਲ ਮੰਨ ਲੈ। ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ, ਅਸੀਂ ਕੁਛ ਪਰਫੋਰਮ ਕਰਦੇ ਹਾਂ, ਉਸ ਤੋਂ ਪਹਿਲਾਂ ਸਾਡੀ ਆਤਮਾ ਬੋਲਦੀ ਹੈ ਜੀ। ਉਹ ਕਹਿੰਦੀ ਇਹਨੂੰ ਕਰਦੇ, ਉਹ ਕਹਿੰਦੀ ਇਹਨੂੰ ਨਾ ਕਰੀ। ਅਣਸੁਣਿਆ ਕਰ ਦਿੰਦੇ ਹਾਂ, ਕਿਉਂਕਿ ਮਨ ਹੈ ਨਾ ਜਿਹੜਾ, ਉਹ ਸ਼ੈਤਾਨ ਦੀ ਟੂਟੀ ਹੈ, ਠੀਕ। ਉਹ ਅਣਸੁਣਿਆ ਕਰਕੇ ਆਪਣੀ ਮਰਜ਼ੀ ਕਰਦਾ ਅਤੇ ਜਦੋਂ ਮਨ ਮਰਜ਼ੀ ਕਰਦਾ ਤਾਂ ਖੂਹ 'ਚ ਡਿੱਗਦਾ ਹੈ, ਰਾਈਟ। ਸੋ ਮਨ ਮਰਜ਼ੀ ਨੂੰ ਮਨਮਤ ਕਹਿੰਦੇ ਆ ਅਤੇ ਆਤਮਾ ਦੀ ਮਰਜ਼ੀ ਨੂੰ ਗੁਰਮਤ ਕਹਿੰਦੇ ਆ, ਠੀਕ। ਆਤਮਾ ਕਦੇ ਗਲਤ ਪਾਸੇ ਤੁਹਾਨੂੰ ਪ੍ਰੇਰਿਤ ਨਹੀਂ ਕਰਦੀ, ਕਹਿੰਦੀ ਕਿ ਇਹਨੂੰ ਨਾ ਕਰੀ। ਲੇਕਿਨ ਅਸੀਂ ਕਦੇ ਅਹਿਸਾਸ ਨਹੀਂ ਪਾਲਦੇ ਕਿ ਸਾਡਾ ਸਰੀਰ ਅੰਦਰੋਂ ਸਾਨੂੰ ਇਹ ਕੰਮ ਕਰਨ ਲਈ ਕਹਿ ਰਿਹਾ ਹੈ ਕਿ ਮਨਾ ਕਰ ਰਿਹਾ, ਠੀਕ। ਮਨ ਦਾ ਭੋਜਨ, ਆਤਮਾ ਦਾ ਭੋਜਨ ਇੰਨਾ ਹੀ ਹੈ, ਉਹਦਾ ਕਹਿਣਾ ਮੰਨ ਲਓ। ਰੋਜ਼ ਰਾਤ ਨੂੰ ਇੰਟਰੋਸਪੈਕਸ਼ਨ ਕਰੋ, ਅਸੀਂ ਕਹਿੰਦੇ ਪਾਠ ਕਰਨਾ, ਪੂਜਾ ਕਰਨੀ, ਅਰਦਾਸ ਕਰਨਾ, ਦਿਸ ਦੈਟ ਸਾਰਾ, ਨੋ, ਕਰ ਸਕਦੇ ਹੋ, ਕਰੋ, ਕੋਈ ਮਨਾਹੀ ਨਹੀਂ ਹੈ। ਲੇਕਿਨ ਇੰਨਾ ਤਾਂ ਸੁਣੋ ਕਿ ਆਹ ਕੰਮ ਕਰਨ ਦੇ ਲਈ ਕੀ ਮੇਰੀ ਆਤਮਾ ਗਵਾਹੀ ਦੇ ਰਹੀ ਹੈ। ਜਦੋਂ ਆਤਮਾ ਤੁਹਾਡੀ ਗਵਾਹੀ ਦੇ ਰਹੀ ਹੈ ਤਾਂ ਉਹ ਕਰ ਦਿਓ, ਉਹ ਸਫਲਤਾ ਹੈ, ਉਹ ਗੁਰਮਤ ਹੈ। ਇਸੇ ਤਰੀਕੇ ਦੇ ਨਾਲ ਮਨ ਦਾ ਭੋਜਨ ਹੈ, ਰਾਈਟ। ਮਨ ਦਾ ਭੋਜਨ ਵੀ ਬੜਾ ਅਜੀਬੋ ਗਰੀਬ ਹੈ, ਅਸੀਂ ਦੇ ਨਹੀਂ ਪਾਉਂਦੇ। ਮਨ ਦਾ ਭੋਜਨ ਕੀ ਹੈ? ਮਨੋਰੰਜਨ, ਰੀਕ੍ਰੀਏਸ਼ਨ, ਐਂਟਰਟੇਨਮੈਂਟ, ਮਜ਼ਾ, ਠੱਠਾ, ਹਾਸਾ, ਖੇੜਾ, ਚੈਨ, ਸ਼ਾਂਤੀ ਆ ਦਿੰਦੇ ਨੇ ਸਾਨੂੰ। ਲੇਕਿਨ ਅਸੀਂ ਮਨੋਰੰਜਨ ਸ਼ਾਇਦ ਫਿਲਮ ਵੇਖਣ ਤੱਕ ਹੀ ਜੋੜ ਦਿੱਤਾ, ਜਾਂ ਸਟੇਜ ਦੇ ਉੱਤੇ ਭੰਗੜੇ ਗਿੱਧੇ ਤੱਕ ਹੀ ਅਸੀਂ ਜੋੜ ਦਿੱਤਾ, ਦਿਸ ਇਜ਼ ਮਨੋਰੰਜਨ। ਨਹੀਂ, ਮਨੋਰੰਜਨ ਤਾਂ ਉਹ ਆ ਜਿਹੜਾ ਤੁਹਾਡੇ ਮਨ ਦੀ ਤ੍ਰਿਪਤੀ ਕਰਦਾ ਆ, ਮਨ ਨੂੰ ਡੇਵੀਏਟ ਹੋਣ ਤੋਂ ਰੋਕਦਾ ਹੈ, ਪੁੱਠੇ ਪਾਸੇ ਜਾਣ ਤੋਂ ਰੋਕਦਾ ਹੈ। ਜਦੋਂ ਵੀ ਤੁਹਾਡਾ ਮਨ ਢਿੰਦੀ ਕਲਾ 'ਚ ਜਾਂਦਾ ਹੈ, ਚੜ੍ਹਦੀ ਕਲਾ 'ਚ ਨਹੀਂ ਜਾਂਦਾ, ਇੱਥੇ ਮੈਂ ਦੱਸਣਾ ਚਾਹਾਂਗਾ, ਚੜ੍ਹਦੀ ਕਲਾ ਅਸੀਂ ਸਾਰੇ ਹੀ ਕਹਿੰਦੇ ਹਾਂ, ਮਤਲਬ ਕਿਸੇ ਨੂੰ ਨਹੀਂ ਆਉਂਦਾ, ਮੈਨੂੰ ਕੋਈ ਦੱਸ ਦੇ ਚੜ੍ਹਦੀ ਕਲਾ ਦਾ ਕੀ ਮਤਲਬ, ਇਹ ਤਾਂ ਕਹਿ ਰਹੇ ਚੜ੍ਹਦੀ ਕਲਾ ਦਾ ਮਤਲਬ ਹੈ ਚੜ੍ਹਦੇ ਪਾਸੇ ਨੂੰ, ਨਹੀਂ। ਚੰਦਰਮਾ ਦੀ ਕਲਾ ਹੁੰਦੀ ਹੈ ਔਰ ਉਹ 28 ਦਿਨ ਦਾ ਚੱਕਰ ਹੁੰਦਾ ਹੈ ਕੁਦਰਤ ਦਾ ਜੀ, ਉਹ 14 ਦਿਨਾਂ ਦੇ ਵਿੱਚ ਉਹਦੀ ਰੋਜ਼ ਕਲਾ ਵੱਧਦੀ ਹੈ, ਉਹ ਰੋਜ਼ ਜਿਹੜਾ ਵੱਧਦਾ ਸਾਈਜ਼ ਉਹਨੂੰ ਕਹਿੰਦੇ ਆ ਚੜ੍ਹਦੀ ਕਲਾ, ਠੀਕ। ਤੇ ਢਿੰਦੀ ਕਲਾ ਨਹੀਂ ਹੁੰਦੀ, ਕਿਉਂਕਿ ਫਿਰ ਚੜ੍ਹਦੀ ਨੂੰ ਜਾ ਰਿਹਾ, ਚੜ੍ਹਦੀ ਫਿਰ ਚੜ੍ਹਦੀ ਨੂੰ ਆਉਣਾ, ਸੋ ਢਿੰਦੀ ਕਲਾ ਹੁੰਦੀ ਨਹੀਂ, ਚੜ੍ਹਦੀ ਕਲਾ ਹੀ ਹੁੰਦੀ ਹੈ। ਸੋ ਉਹ ਚੰਦਰਮਾ ਦੀ ਮੀਨਸ ਚਾਨਣੀ ਐਨਲਾਈਟਨਮੈਂਟ ਜਿਹੜੀ ਆ ਉਹਦੇ ਵੱਧ ਵੱਧ ਉਹਨੂੰ ਅਸੀਂ ਕਹਿੰਦੇ ਹਾਂ, ਠੀਕ। ਸੋ ਮਨ ਨੂੰ ਢਿੰਦੀ ਕਲਾ 'ਚ ਨਹੀਂ ਜਾਣ ਦੇਣਾ, ਮਨ ਨੂੰ ਰੀਕ੍ਰੀਏਸ਼ਨ, ਐਮਿਊਜ਼ਮੈਂਟ, ਐਂਟਰਟੇਨਮੈਂਟ, ਮਨ ਪਰਚਾਵਾ, ਉਹ ਜਿਹੜਾ ਤੁਹਾਨੂੰ ਉਸਾਰੂ ਪਾਸੇ ਲੈ ਕੇ ਜਾਵੇ, ਬਿਲਕੁਲ। ਢਿੰਦੀ ਵਾਲੇ ਬੜੇ ਮਨੋਰੰਜਨ, ਓ ਯੈਸ, ਉਹਨੂੰ ਡਿਸਾਉਨ ਕਰਨਾ ਪਏਗਾ। ਚੜ੍ਹਦੀ ਕਲਾ 'ਚ ਜਿਹੜਾ ਲੈ ਕੇ ਜਾਂਦਾ ਹੋਵੇ ਉਹ ਮਨੋਰੰਜਨ ਕਰ ਲਓ, ਮਨ ਖੁਸ਼ ਹੈ, ਠੀਕ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਇੰਨਾ ਤਾਕਤਵਰ ਆ ਕਿਉਂਕਿ ਮੈਟਾਫਿਜ਼ੀਕਲ ਹੈ ਨਾ ਮਨ ਜਿਹੜਾ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਦਿਮਾਗ ਦੀ ਕਿਤੇ ਗੱਲ ਨਹੀਂ ਕੀਤੀ ਹੋਈ, ਮਨ ਦੀ ਗੱਲ ਹੈ, ਮਨ ਦੀ ਹੀ ਗੱਲ। ਲੇਕਿਨ ਦਿਮਾਗ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਮਨ ਜਿਹੜਾ ਆ ਉਹ ਘੋੜਾ ਆ, ਇਹਨੂੰ ਕਾਬੂ ਕਰਨ ਲਈ ਉਹਦੇ ਉੱਤੇ ਬਹਿ ਕੇ ਲਗਾਮ ਪਾਉਣ ਵਾਸਤੇ ਦਿਮਾਗ ਹੈ, ਠੀਕ।
ਅਤੇ ਦਿਮਾਗ ਨੇ ਹੀ ਉਹਨੂੰ ਭਜਾਉਣਾ ਆ ਅਤੇ ਦਿਮਾਗ ਨੇ ਹੀ ਉਹਨੂੰ ਖੱਬੇ ਅਤੇ ਸੱਜੇ ਮੋੜਨਾ। ਜੇ ਕਿਤੇ ਦਿਮਾਗ ਹੇਠਾਂ ਰਹਿ ਗਿਆ ਅਤੇ ਮਨ 'ਤੇ ਤੁਹਾਨੂੰ ਉਲਟਾ ਕੇ ਪੁੱਠੇ ਥੱਲੇ ਸੁੱਟੇਗਾ। ਠੀਕ। ਸੋ ਇਸ ਕਰਕੇ ਮਨ 'ਤੇ ਕਾਬੂ ਪਾਉਣ ਵਾਸਤੇ ਤੁਹਾਨੂੰ ਦਿਮਾਗ ਨੂੰ ਤੀਖਣ ਬਣਾ ਕੇ ਰੱਖਣਾ ਪਏਗਾ, ਤਿੱਖਾ ਬਣਾ ਕੇ ਰੱਖਣਾ ਪਏਗਾ ਕਿ ਇਹਨੂੰ ਹੈਂਡਲ ਕਿਵੇਂ ਕਰਨਾ। ਰਾਈਟ। ਗੱਡੀ ਨਹੀਂ ਦੌੜ ਰਹੀ, ਉੱਥੇ ਵੀ ਬੰਦੇ ਦਾ ਮਨ ਦੌੜ ਰਿਹਾ, ਇੰਨੀ ਸਪੀਡ ਕਰਦੇ। ਸੋ ਇਸ ਕਰਕੇ ਸਾਨੂੰ ਮਨੋਰੰਜਨ, ਉਸਾਰੂ ਮਨੋਰੰਜਨ ਜਿਹਦੇ ਤੋਂ ਸਾਨੂੰ ਸੰਤੁਸ਼ਟੀ ਮਿਲਦੀ ਹੋਵੇ, ਜਿਹਦੇ ਤੋਂ ਸਾਨੂੰ ਤਸੱਲੀ ਮਿਲਦੀ ਹੋਵੇ, ਜਿਹਦੇ ਤੋਂ ਸਾਨੂੰ ਮਜ਼ਾ, ਆਨੰਦ, ਹਾਸਾ, ਖੇੜਾ, ਠੱਠਾ ਮਿਲਦਾ ਹੋਵੇ, ਉਹ ਕਰੀਏ। ਬਹੁਤ ਆਨੰਦ ਆ ਰਿਹਾ ਜੀ ਜੋ ਕੁਝ ਸੁਣ ਰਹੇ ਹਾਂ, ਕਿਉਂਕਿ ਕਹਿੰਦੇ ਨੇ ਜੀ ਕਿ ਮਨ ਦੀ ਖੁਰਾਕ ਜਿਹੜੀ ਹੈਗੀ ਹੈ। ਹੁਣ ਜਿਸ ਤਰ੍ਹਾਂ ਮਿਊਜ਼ਿਕ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਅਪਲਿਫਟਿੰਗ ਮਿਊਜ਼ਿਕ ਹੁੰਦਾ, ਉਹਦੀ ਕੋਈ ਲੈਂਗੁਏਜ ਨਹੀਂ ਹੁੰਦੀ, ਲੇਕਿਨ ਤੁਹਾਨੂੰ ਉਹ ਸਕੂਨ ਦਿੰਦਾ। ਸੋ ਇਸੇ ਤਰੀਕੇ ਨਾਲ ਮਨ ਲਈ, ਦਿਮਾਗ ਲਈ ਸਾਡੇ ਕੋਲ ਸਭ ਕੁਝ ਹੈਗਾ, ਸਾਨੂੰ ਪਤਾ, ਲੇਕਿਨ ਅਸੀਂ ਸਮਾਂ ਨਹੀਂ ਕੱਢਦੇ। ਜੇਕਰ ਅਸੀਂ ਆਪਣੇ ਵਾਸਤੇ ਸਮਾਂ ਕੱਢਣਾ ਸ਼ੁਰੂ ਕਰੀਏ ਇਹਨਾਂ ਚੀਜ਼ਾਂ ਲਈ, ਤਾਂ ਆਟੋਮੈਟਿਕਲੀ ਬਿਮਾਰੀਆਂ ਸਾਡੇ ਤੋਂ ਸਰੀਰਕ ਤੌਰ 'ਤੇ ਕੋਸਾਂ ਦੂਰ ਪਹੁੰਚ ਜਾਣਗੀਆਂ। ਤੁਹਾਡਾ ਬਹੁਤ ਧੰਨਵਾਦ ਡਾਕਟਰ ਸਾਹਿਬ। ਤੁਹਾਡੇ ਨਾਲ ਸੰਪਰਕ ਕਰਨਾ ਹੋਇਆ ਇੰਡੀਆ 'ਚ, ਤਾਂ ਕਿੱਥੇ ਤੁਹਾਨੂੰ ਫੋਨ ਕੀਤਾ ਜਾ ਸਕਦਾ? ਮੇਰੇ ਕੋਲ ਇੰਡੀਆ ਦਾ ਨੰਬਰ ਜਿਹੜਾ ਹੈਗਾ ਉਹ ਹੈਗਾ 9888953901, ਅਤੇ ਜੇ ਪੰਜਾਬੀ 'ਚ ਕਹਾਂਗੇ ਤਾਂ 9888952939401, ਇੰਡੀਅਨ ਟਾਈਮ ਮੁਤਾਬਕ ਰਾਤੀ 9 to 10 ਔਰ ਸਵੇਰੇ ਵੀ 9 to 10, ਕਿਉਂਕਿ 9 to 10 ਜਦੋਂ ਮੈਂ ਗੱਲ ਕਰਦਾ ਤਾਂ 9 to 12 ਵੱਜਦੇ ਆ, ਲੰਬਾ ਸਮਾਂ ਚੱਲਦਾ ਹੈ। ਸੋ ਇਸ ਕਰਕੇ ਵਟਸਐਪ ਦੇ ਉੱਤੇ ਗੱਲ ਕਰਨੀ ਅੱਜ ਕੱਲ੍ਹ ਬੜਾ ਸੌਖਾ ਕੰਮ, ਮੈਸੇਜ ਦੇ ਦਿਓ, ਮੈਂ ਤੁਹਾਨੂੰ ਟਾਈਮ ਦੇ ਦਾਂਗਾ, ਆਪਾਂ ਦੁਬਾਰਾ ਗੱਲ ਕਰ ਸਕਦੇ ਹਾਂ। ਪਰ ਇਹੀ ਆਸ ਕਰੀਏ ਜੀ, ਅਰਦਾਸ ਕਰੀਏ ਕਿ ਅਸੀਂ ਕਦੇ ਬਿਮਾਰ ਨਾ ਹੋਈਏ। ਬਿਲਕੁਲ ਜੀ, ਪਰ ਉਹਦੇ ਵਾਸਤੇ ਸਾਨੂੰ ਆਪ ਯਤਨ ਕਰਨਾ ਪਏਗਾ। ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਫੋਰ ਯੋਰ ਟਾਈਮ।